ਬਠਿੰਡੇ ਵਿੱਚ ਕਮਿਊਨਿਟੀ ਹੈਲਥ ਆਫੀਸਰ ਨੇ ਸੜਕਾਂ ਤੇ ਨੇ ਪੁਤਲਾ ਸਾੜ ਰਹੇ ਨੇ ਸਰਕਾਰ ਦਾ। ਤਸਵੀਰਾਂ ਇੱਕ ਵਾਰ ਦੇਖ ਲਓ ਕਿ ਬਠਿੰਡਾ ਦੇ ਸਰਕਾਰੀ ਹਸਪੀਟਲ ਦੇ ਬਾਹਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਔਰ ਕਾਫੀ ਸਾਰੀਆਂ ਇਹਨਾਂ ਦੀਆਂ ਡਿਮਾਂਡ ਨੇ, ਜਿਨ੍ਹਾਂ ਡਿਮਾਂਡਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਾ ਕੇ ਐਗੀਟੇਸ਼ਨ ਨੇ ਇਹ ਕਰਦੇ ਨਜ਼ਰ ਆ ਰਹੇ ਨੇ। ਆਪਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਕੀ ਡਿਮਾਂਡ ਹੈ, ਕਿਸ ਚੀਜ਼ ਨੂੰ ਲੈ ਕੇ ਸੜਕਾਂ 'ਤੇ ਐਗੀਟੇਸ਼ਨ ਕਰ ਰਹੇ ਹੋ? ਸਾਡੀ ਡਿਮਾਂਡ ਇਹ ਹੈ ਜੀ, ਪਹਿਲਾਂ ਤਾਂ ਇਹ ਭੱਜਣ ਵਾਲਾ ਮੁੱਖ ਮੰਤਰੀ ਆ। ਪਹਿਲਾਂ ਇਹ ਨਹੀਂ ਹੁੰਦਾ ਜਿਵੇਂ ਸੱਪ ਦੇ ਉੱਪਰੋਂ ਕੁੰਜ ਨਿਕਲ ਕੇ ਨਵਾਂ ਨਿਕਲਿਆ, ਇਹ ਐਂ ਨਹੀਂ ਪਤਾ ਸ਼ੇਸ਼ ਨਾਗ ਬਣ ਗਿਆ, ਠੀਕ ਹੈ, ਦੋ ਦੋ ਮੂੰਹਾਂ ਵਾਲਾ ਸੱਪ ਬਣ ਚੁੱਕਿਆ। ਕਿਉਂਕਿ ਜਿਹੜਾ ਸਾਡਾ ਮੇਨ ਮੁੱਦਾ ਇਹ ਹੈ ਵੀ ਜਿਹੜੀ ਸਾਡੀ ਤਨਖਾਹ ਦੇ ਦੋ ਹਿੱਸੇ ਆ, ਇੱਕ ਫਿਕਸ ਪਾਰਟ ਹੈ, ਇੱਕ ਹੈਗਾ ਸਾਡਾ ਇਨਸੈਂਟਿਵ, ਠੀਕ ਹੈ। ਇਹ ਕੀ ਕਰ ਰਹੀ ਹੈ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਜੋ ਵੀ ਇਹਨਾਂ ਨਾਲ ਲੀਡਰ ਰਲੇ ਹੋਏ ਆ, ਇਹ ਜਦੋਂ ਕੋਈ ਵੀ ਕੋਈ ਕੰਮ ਆ ਜਾਂਦਾ ਜਿਹੜਾ ਇਹਨਾਂ ਦੇ ਮਤਲਬ ਕਿ ਟਾਰਗੇਟ ਆ, ਸਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਵੀ ਨਹੀਂ ਬਿਲਕੁਲ, ਉਹ ਟਾਰਗੇਟ ਉਹ ਸਾਡੇ ਇਨਸੈਂਟਿਵ ਪਰਫੋਰਮੈਂਸ 2-3 ਮਹੀਨੇ ਬਾਅਦ ਚੇਂਜ ਕਰਕੇ ਵਿੱਚ ਪਾ ਦਿੰਦੇ ਆ। ਜੇ ਅਸੀਂ ਉੱਥੇ ਜਾਂਦੇ ਹਾਂ ਤਾਂ ਸਾਨੂੰ ਟਰਮੀਨੇਟ ਕਰ ਦਾਂਗੇ ਜਾਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਮੇਨ ਮੰਗ ਕੀ ਹੈ ਜੇ ਮੁੱਦੇ ਦੀ ਗੱਲ ਕੀਤੀ ਜਾਵੇ, ਮੇਨ ਡਿਮਾਂਡ ਕੀ ਹੈ ਔਰ ਕਿੰਨੇ ਆਫੀਸਰ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਇਸ ਫੈਸਲੇ ਨਾਲ? ਇਹਦੇ ਨਾਲ ਪੂਰਾ ਪੰਜਾਬ ਹੀ ਪ੍ਰਭਾਵਿਤ ਹੋ ਰਿਹਾ ਜੀ, ਪੂਰੇ ਪੰਜਾਬ ਦੇ 2500-2600 ਜਿਹੜੇ CHO ਜਾਂ ਸਾਡੇ ਕਮਿਊਨਿਟੀ ਹੈਲਥ ਅਫਸਰ ਆ, ਉਹ ਸਾਰੇ ਪ੍ਰਭਾਵਿਤ ਹੋ ਰਹੇ ਆ ਜੀ। ਇਹਨਾਂ ਦਾ ਇਹ ਨਾਦਰਸ਼ਾਹੀ ਫਰਮਾਨ ਇਸ ਤਰ੍ਹਾਂ ਦਾ ਸੀਗਾ, ਇਹ ਜੋ OPD ਹੈ ਜਾਂ ਮਤਲਬ ਆਪਾਂ ਨੂੰ ਕਹਿ ਲੈਂਦੇ ਹਾਂ ਬਿਨਾਂ ਪੈਨ ਤੋਂ ਆਪਾਂ ਲਿਖੀਏ ਕੀ, ਬਿਨਾਂ ਬੰਦੂਕ ਤੋਂ ਆਰਮੀ ਜਾਂ ਫੌਜੀ ਬੰਦਾ ਕੀ ਲੜੂਗਾ, ਉਹੀ ਗੱਲ ਹੈ ਵੀ ਜਦੋਂ ਸਾਡੇ ਕੋਲ ਕੋਈ ਨੈੱਟ ਨਹੀਂ, ਇਨਫਰਾਸਟ੍ਰਕਚਰ ਦਾ ਪਹਿਲਾਂ ਹੀ ਹੈ ਨਹੀਂ, ਬਿਲਕੁਲ ਲਾਈਟ ਨਹੀਂ ਆਉਂਦੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ, ਕਈ ਥਾਂ 'ਤੇ ਬਿਲਡਿੰਗਾਂ ਉੱਪਰੋਂ ਡਿੱਗ ਰਹੀਆਂ, ਜਦੋਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਈਆਂ ਹੋਈਆਂ ਉਹਦੇ ਵਿੱਚ ਇਹ ਪਹਿਲਾਂ ਹੀ ਕੰਮ ਸਾਡਾ ਬਹੁਤ ਜ਼ਿਆਦਾ, ਪਿਛਲੀਆਂ ਮੰਗਾਂ ਦਾ ਕੀ ਹੱਲ ਕਰਨੀਆਂ ਸੀ ਇਹਨਾਂ ਨੇ, ਹੋਰ ਨਵੀਆਂ ਸਾਡੇ 'ਤੇ ਲਾਗੂ ਕਰਕੇ, ਠੀਕ ਹੈ। ਕਿਉਂਕਿ ਇਹਨਾਂ ਨੇ ਕੀ ਕੀਤਾ ਹੋਇਆ ਜੀ, ਜਿਹੜੀ ਆਮ ਆਦਮੀ ਕਲੀਨਿਕ ਚਲਾਇਆ ਹੋਇਆ ਜਿਹਨੂੰ ਆਪਾਂ ਨੇ ਡ੍ਰੀਮ ਪ੍ਰੋਜੈਕਟ ਬਣਾਏ ਹੋਏ ਇਹਨਾਂ ਨੇ, ਠੀਕ ਹੈ, ਉਹਦੇ ਵਿੱਚ ਇੱਕ ਤਾਂ ਸਾਡੇ ਹਿੱਸੇ ਦੀਆਂ ਦਵਾਈਆਂ ਉੱਧਰ ਰੱਖ ਦਿੰਦੇ ਆ ਜਿਹੜੀਆਂ ਪਹਿਲਾਂ ਲੋਕਾਂ ਨੂੰ ਮਿਲਦੀਆਂ ਸੀ। ਦੂਜੀ ਗੱਲ ਇਹਨਾਂ ਨੇ ਉਹਦੇ ਵਿੱਚ ਆਨਲਾਈਨ OPD ਜਾਂ ਉੱਪਰ ਆਪਦੇ ਜਿਹੜੇ ਇਹਨਾਂ ਦੇ ਉੱਪਰ ਕੋਈ ਬੈਠਿਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹਨਾਂ ਨੇ ਉਹ ਆਨਲਾਈਨ ਕੰਮ ਸਾਡੇ ਇੱਕ ਬੰਦੇ ਦੇ ਪਾ ਦਿੱਤਾ, ਸਗੋਂ ਆਮ ਆਦਮੀ ਕਲੀਨਿਕ 'ਚ ਉਹ ਕੰਮ 3-3 ਬੰਦੇ ਕਰਦੇ ਆ, ਪਰ ਸਾਡਾ ਕੰਮ ਤਾਂ ਉਸ ਤੋਂ ਬਿਨਾਂ TB BP ਸ਼ੂਗਰ ਦੇ ਮਰੀਜ਼ ਹਾਈ ਰਿਸਕ ਰਣਨੀਤੀ ਕੀ ਹੈ, ਅਗਲੀ ਰਣਨੀਤੀ ਗੱਲ ਕੀਤੀ ਜਾਵੇ, ਨਹੀਂ ਗੱਲਬਾਤ ਕੋਈ ਸੁਣਦੇ, ਅਗਲਾ ਪਲਾਨ ਕੀ ਹੈ? ਅਗਲੀ ਰਣਨੀਤੀ ਸਾਡੀ ਸਿੰਪਲ ਹੈ ਜੀ, ਬਿਲਕੁਲ ਵੋਟ 'ਤੇ ਚੋਟ ਕਰਾਂਗੇ ਅਸੀਂ ਪਿੰਡ, ਇਹ ਸਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਸਾਨੂੰ ਘਰ ਘਰ ਤੋਰਦੇ ਆ, ਅਸੀਂ ਬਥੇਰਾ ਕਹਿੰਦੇ ਹਾਂ ਵੀ ਫਿਰ ਪੜ੍ਹਾਇਆ ਕਿਉਂ ਸਾਨੂੰ, ਅਸੀਂ ਹੁਣ ਇਹੀ ਕਰਾਂਗੇ, ਅਸੀਂ ਫੀਲਡ ਵਰਕ ਕਰਾਂਗੇ ਇਸ ਤੋਂ ਅੱਗੇ ਜਿਹੜਾ ਅੱਜ ਤੱਕ ਚੰਗੀ ਤਰ੍ਹਾਂ ਕੀਤਾ ਨਹੀਂ, ਅਸੀਂ ਇੱਕ ਇੱਕ ਘਰੇ ਜਾਵਾਂਗੇ ਅਤੇ ਇਹਨਾਂ ਦੀਆਂ ਕਰਤੂਤਾਂ ਦੱਸਾਂਗੇ ਅਤੇ ਇਹ ਕਰਤੂਤਾਂ ਦਾ ਫਿਰ ਅਸੀਂ ਵੋਟ 'ਤੇ ਚੋਟ ਕਰਾਂਗੇ। ਬਿਲਕੁਲ ਕੋਈ ਦੌਰਾ ਨਹੀਂ ਹੈ, ਗੁੱਸੇ ਦੇ ਵਿੱਚ ਨੇ ਆਫੀਸਰ, ਕਹਿ ਰਹੇ ਆ ਕਿ ਇਸ ਵਾਰ ਵੋਟ 'ਤੇ ਚੋਟ ਕਰਾਂਗੇ, ਪਿੰਡਾਂ 'ਚ ਜਾਵਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਸਰਕਾਰ ਦੀਆਂ ਨਾਕਾਮੀਆਂ ਨੇ ਔਰ ਇਹਨਾਂ ਨਾਕਾਮੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਸੜਕਾਂ ਦੇ ਉੱਪਰ ਕਮਿਊਨਿਟੀ ਹੈਲਥ ਆਫੀਸਰ ਨਜ਼ਰ ਆ ਰਹੇ ਨੇ। ਬਠਿੰਡਾ ਤੋਂ ਸੂਰਜ ਪਾਨ, News 18 ਪੰਜਾਬ। ਬਠਿੰਡੇ ਵਿੱਚ ਕਮਿਊਨਿਟੀ ਹੈਲਥ ਆਫੀਸਰ ਨੇ ਸੜਕਾਂ 'ਤੇ ਨੇ ਪੁਤਲਾ ਸਾੜ ਰਹੇ ਨੇ ਸਰਕਾਰ ਦਾ। ਤਸਵੀਰਾਂ ਇੱਕ ਵਾਰ ਦੇਖ ਲਓ ਕਿ ਬਠਿੰਡਾ ਦੇ ਸਰਕਾਰੀ ਹਸਪੀਟਲ ਦੇ ਬਾਹਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਔਰ ਕਾਫੀ ਸਾਰੀਆਂ ਇਹਨਾਂ ਦੀਆਂ ਡਿਮਾਂਡ ਨੇ, ਜਿਨ੍ਹਾਂ ਡਿਮਾਂਡਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਾ ਕੇ ਐਗੀਟੇਸ਼ਨ ਨੇ ਇਹ ਕਰਦੇ ਨਜ਼ਰ ਆ ਰਹੇ ਨੇ। ਆਪਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਕੀ ਡਿਮਾਂਡ ਹੈ, ਕਿਸ ਚੀਜ਼ ਨੂੰ ਲੈ ਕੇ ਸੜਕਾਂ 'ਤੇ ਐਗੀਟੇਸ਼ਨ ਕਰ ਰਹੇ ਹੋ? ਸਾਡੀ ਡਿਮਾਂਡ ਇਹ ਹੈ ਜੀ, ਪਹਿਲਾਂ ਤਾਂ ਇਹ ਭੱਜਣ ਵਾਲਾ ਮੁੱਖ ਮੰਤਰੀ ਆ,